ਨੈਸ਼ਨਲ ਹਾਈਵੇ ਤੇ ਉਦੋਂ ਹੜਕੰਪ ਮੱਚ ਗਿਆ ਜਦੋਂ ਇੱਕ ਵੱਡਾ ਹਾਦਸਾ ਇੱਥੇ ਵਾਪਰਿਆ ਜਿੱਥੇ ਇੱਕ ਚੱਲਦੀ ਹੋਈ ਟਰੈਕਟਰ ਟਰਾਲੀ ਦੇ ਉੱਤੇ ਇੱਕ ਟਰੱਕ ਆ ਕੇ ਪਲਟ ਗਿਆ ਅਤੇ ਟਰਾਲੀ ਚਾਲਕ ਦੀ ਥਾਂ ਹੀ ਜਾਨ ਨਿਕਲ ਗਈ। ਦਰਅਸਲ ਇਹ ਹਾਦਸਾ ਹੁਸ਼ਿਆਰਪੁਰ ਦੇ ਵਿੱਚ ਵਾਪਰਿਆ ਜਿੱਥੇ ਹੁਸ਼ਿਆਰਪੁਰ ਦੇ ਹੀ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਚੱਲਦੀ ਹੋਈ ਟਰੈਕਟਰ ਟਰਾਲੀ ਦੇ ਉੱਤੇ ਟਰੱਕ ਆ ਕੇ ਪਲਟ ਗਿਆ ਜਿਸ ਕਰਕੇ ਹੇਠਾਂ ਦੱਬਣ ਕਾਰਨ ਟਰੈਕਟਰ ਚਾਲਕ ਦੀ ਮੌਤ ਹੋ ਗਈ। ਇਹ ਵੀ ਦੱਸਿਆ ਜਾ ਰਿਹਾ ਟਰੱਕ ਜੋ ਕਿ ਸੇਬਾਂ ਦੇ ਨਾਲ ਭਰਿਆ ਹੋਇਆ ਸੀ ਦਸੂਹੇ ਵੱਲੋਂ ਆ ਰਿਹਾ ਸੀ ਤੇ ਉਧਰੋਂ ਹੁਸ਼ਿਆਰਪੁਰ ਵਾਲੇ ਪਾਸਿਓ ਇਹ ਟਰੈਕਟਰ ਟਰਾਲੀ ਜੋ ਕਿ ਲੱਕੜਾਂ ਦੇ ਨਾਲ ਲੱਤੀ ਹੋਈ ਸੀ ਉਹ ਵੀ ਆ ਰਹੀ ਸੀ ਤੇ ਇਸੇ ਵਿਚਾਲੇ ਜਦੋਂ ਇਹ ਟਰੱਕ ਇਸ ਟਰੈਕਟਰ ਟਰਾਲੀ ਦੇ ਨਜ਼ਦੀਕ ਪਹੁੰਚਿਆ ਤੇ ਇਸ ਦੇ ਉੱਤੇ ਹੀ ਪਲਟ ਗਿਆ ਜਿਸ ਕਰਕੇ ਟਰੈਕਟਰ ਚਾਲਕ ਦੀ ਦਰਦਨਾਕ ਮੌਤ ਹੋ ਗਈ। ਸੜਕ ਦੇ ਉੱਤੇ ਸੇਬ ਹੀ ਸੇਬ ਖਿਲਰ ਗਏ ਤੇ ਇੱਧਰ ਟਰੈਕਟਰ ਟਰਾਲੀ ਦੀਆਂ ਲੱਕੜਾਂ ਵੀ ਸੜਕ ਤੇ ਡਿੱਗ ਗਈਆਂ ਜਿਸ ਕਰਕੇ ਨੈਸ਼ਨਲ ਹਾਈਵੇ ਤੇ ਲੰਬਾ ਜਾਮ ਲੱਗ ਗਿਆ। ਜਿਸ ਤੋਂ ਬਾਅਦ ਤੁਰੰਤ ਇੱਥੇ ਪੁਲਿਸ ਪ੍ਰਸ਼ਾਸਨ ਪਹੁੰਚਿਆ, ਸੜਕ ਸੁਰੱਖਿਆ ਫੋਰਸ ਪਹੁੰਚੀ ਹੈ, JCB ਮੰਗਵਾਈ ਗਈ ਤੇ ਫਿਰ ਜਾ ਕੇ ਇਸ ਟਰੱਕ ਨੂੰ ਟਰੈਕਟਰ ਤੋਂ ਹਟਾਇਆ ਗਿਆ ਅਤੇ ਰਸਤਾ ਕਲੀਅਰ ਕਰਾਇਆ ਗਿਆ, ਆਵਾਜਾਈ ਬਹਾਲ ਕੀਤੀ ਗਈ। ਪਰ ਹਾਦਸਾ ਦੇਖਣ ਵਾਲਿਆਂ ਦੀ ਇੱਥੇ ਰੂਹ ਤੱਕ ਕੰਬ ਗਈ। ਜਿਸ ਤਰ੍ਹਾਂ ਦੇ ਨਾਲ ਇਹ ਟਰੱਕ ਜਿਹੜਾ ਸੀ ਚੱਲਦਾ ਹੋਇਆ ਆਉਂਦਾ ਹੈ ਤੇ ਇੱਕ ਦੂਸਰੀ ਸਾਈਡ ਤੋਂ ਆਉਂਦੀ ਟਰੈਕਟਰ ਟਰਾਲੀ ਦੇ ਉੱਤੇ ਪਲਟ ਜਾਂਦਾ ਹੈ। ਫਿਲਹਾਲ ਇੱਥੇ ਟਰੱਕ ਚਾਲਕ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਨੈਸ਼ਨਲ ਹਾਈਵੇ ਤੇ ਉਦੋਂ ਹੜਕੰਪ ਮੱਚ ਗਿਆ ਜਦੋਂ ਇੱਕ ਵੱਡਾ ਹਾਦਸਾ ਇੱਥੇ ਵਾਪਰਿਆ ਜਿੱਥੇ ਇੱਕ ਚੱਲਦੀ ਹੋਈ ਟਰੈਕਟਰ ਟਰਾਲੀ ਦੇ ਉੱਤੇ ਇੱਕ ਟਰੱਕ ਆ ਕੇ ਪਲਟ ਗਿਆ ਅਤੇ ਟਰਾਲੀ ਚਾਲਕ ਦੀ ਥਾਂ ਹੀ ਜਾਨ ਨਿਕਲ ਗਈ। ਦਰਅਸਲ ਇਹ ਹਾਦਸਾ ਹੁਸ਼ਿਆਰਪੁਰ ਦੇ ਵਿੱਚ ਵਾਪਰਿਆ ਜਿੱਥੇ ਹੁਸ਼ਿਆਰਪੁਰ ਦੇ ਹੀ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਚੱਲਦੀ ਹੋਈ ਟਰੈਕਟਰ ਟਰਾਲੀ ਦੇ ਉੱਤੇ ਟਰੱਕ ਆ ਕੇ ਪਲਟ ਗਿਆ ਜਿਸ ਕਰਕੇ ਹੇਠਾਂ ਦੱਬਣ ਕਾਰਨ ਟਰੈਕਟਰ ਚਾਲਕ ਦੀ ਮੌਤ ਹੋ ਗਈ। ਇਹ ਵੀ ਦੱਸਿਆ ਜਾ ਰਿਹਾ ਟਰੱਕ ਜੋ ਕਿ ਸੇਬਾਂ ਦੇ ਨਾਲ ਭਰਿਆ ਹੋਇਆ ਸੀ ਦਸੂਹੇ ਵੱਲੋਂ ਆ ਰਿਹਾ ਸੀ ਤੇ ਉਧਰੋਂ ਹੁਸ਼ਿਆਰਪੁਰ ਵਾਲੇ ਪਾਸਿਓ ਇਹ ਟਰੈਕਟਰ ਟਰਾਲੀ ਜੋ ਕਿ ਲੱਕੜਾਂ ਦੇ ਨਾਲ ਲੱਤੀ ਹੋਈ ਸੀ ਉਹ ਵੀ ਆ ਰਹੀ ਸੀ ਤੇ ਇਸੇ ਵਿਚਾਲੇ ਜਦੋਂ ਇਹ ਟਰੱਕ ਇਸ ਟਰੈਕਟਰ ਟਰਾਲੀ ਦੇ ਨਜ਼ਦੀਕ ਪਹੁੰਚਿਆ ਤੇ ਇਸ ਦੇ ਉੱਤੇ ਹੀ ਪਲਟ ਗਿਆ ਜਿਸ ਕਰਕੇ ਟਰੈਕਟਰ ਚਾਲਕ ਦੀ ਦਰਦਨਾਕ ਮੌਤ ਹੋ ਗਈ। ਸੜਕ ਦੇ ਉੱਤੇ ਸੇਬ ਹੀ ਸੇਬ ਖਿਲਰ ਗਏ ਤੇ ਇੱਧਰ ਟਰੈਕਟਰ ਟਰਾਲੀ ਦੀਆਂ ਲੱਕੜਾਂ ਵੀ ਸੜਕ ਤੇ ਡਿੱਗ ਗਈਆਂ ਜਿਸ ਕਰਕੇ ਨੈਸ਼ਨਲ ਹਾਈਵੇ ਤੇ ਲੰਬਾ ਜਾਮ ਲੱਗ ਗਿਆ। ਜਿਸ ਤੋਂ ਬਾਅਦ ਤੁਰੰਤ ਇੱਥੇ ਪੁਲਿਸ ਪ੍ਰਸ਼ਾਸਨ ਪਹੁੰਚਿਆ, ਸੜਕ ਸੁਰੱਖਿਆ ਫੋਰਸ ਪਹੁੰਚੀ ਹੈ, JCB ਮੰਗਵਾਈ ਗਈ ਤੇ ਫਿਰ ਜਾ ਕੇ ਇਸ ਟਰੱਕ ਨੂੰ ਟਰੈਕਟਰ ਤੋਂ ਹਟਾਇਆ ਗਿਆ ਅਤੇ ਰਸਤਾ ਕਲੀਅਰ ਕਰਾਇਆ ਗਿਆ, ਆਵਾਜਾਈ ਬਹਾਲ ਕੀਤੀ ਗਈ। ਪਰ ਹਾਦਸਾ ਦੇਖਣ ਵਾਲਿਆਂ ਦੀ ਇੱਥੇ ਰੂਹ ਤੱਕ ਕੰਬ ਗਈ। ਜਿਸ ਤਰ੍ਹਾਂ ਦੇ ਨਾਲ ਇਹ ਟਰੱਕ ਜਿਹੜਾ ਸੀ ਚੱਲਦਾ ਹੋਇਆ ਆਉਂਦਾ ਹੈ ਤੇ ਇੱਕ ਦੂਸਰੀ ਸਾਈਡ ਤੋਂ ਆਉਂਦੀ ਟਰੈਕਟਰ ਟਰਾਲੀ ਦੇ ਉੱਤੇ ਪਲਟ ਜਾਂਦਾ ਹੈ। ਫਿਲਹਾਲ ਇੱਥੇ ਟਰੱਕ ਚਾਲਕ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।